Bir çiğ
pedido. Mahele na pa.
ਵੈਦ ਪਹਿਲਾਂ ਤੁਹਾਡੇ ਕੋਲੋਂ ਪੁੱਛਦਾ ਤੂੰ ਕਿਸ ਵਾਤਾਵਰਨ ਵਿੱਚ ਰਹਿੰਦਾ, ਕਿਹੋ ਜਿਹਾ ਤੇਰਾ ਚੌਗਿਰਦਾ ਹੈ, ਕਿਉਂਕਿ ਉਸੇ ਨੇ ਆਪ ਡਾਇਗਨੋਸ ਕਰਨ ਤੋਂ ਪਹਿਲਾਂ ਤੁਹਾਡੀ ਖੁਰਾਕ, ਤੁਹਾਡਾ ਪਹਿਰਾਵਾ, ਤੁਹਾਡੀ ਜੌਬ, ਇਹ ਤੁਹਾਡੇ ਕੋਲੋਂ ਪੁੱਛਣੀ ਹੈ। ਬਹੁਤ ਕੁਛ ਤਾਂ ਉਹਨੇ ਇਸੇ ਤੋਂ ਹੀ ਜਾਣ ਲੈਣਾ ਕਿ ਇਹਦੇ ਰੋਗ ਦਾ ਕੀ ਕਾਰਨ ਹੈ, ਕਿਉਂਕਿ ਕੋਈ ਵੀ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਰੋਗ ਜਾਣਨਾ ਬਹੁਤ ਜ਼ਰੂਰੀ ਹੈ। ਬਾਣੀ ਵਿੱਚ ਸਦਗੁਰੂ ਨੇ ਆਖਿਆ ਇਲਾਜ ਦੋਵਾਂ ਚੀਜ਼ਾਂ ਨੂੰ ਸਮਝਦਾ ਹੋਵੇ, ਦੋਵਾਂ ਚੀਜ਼ਾਂ ਨੂੰ ਸਮਝਦਾ ਹੋਵੇ, ਇਹ ਵੀ ਜਾਣ ਲੈ ਇਹਦਾ ਰੋਗ ਕਿੱਥੋਂ ਪੈਦਾ ਹੋਇਆ ਹੈ, ਤੇ ਇਹ ਵੀ ਜਾਣ ਲੈ ਇਹਦਾ ਇਲਾਜ ਕੀ ਹੈ। ਵੈਦ ਉਹ ਫੈਸਲਾ ਬਣੀ ਦਾ ਦਾਰੂ ਲੋੜ ਲਓ ਇਤਵੰਨੇ ਰੋਗਾਂ ਦਾ। ਹੁਣ ਆਪਣੀ ਪੀੜਾ ਵੱਲ ਧਿਆਨ ਦੇਣਗੇ, ਇਸ ਪੀੜਾ ਨੂੰ ਵਿਅਕਤੀਗਤ ਨਾ ਸਮਝਿਓ, ਇਹ ਵੀ ਸਾਡਾ ਦੁਖਾਂਤ ਹੈ। ਅਸੀਂ ਇੱਕ ਦੂਜੇ ਦੀ ਸਿੱਖੀ ਦੀ, ਮਨੁੱਖਤਾ ਦੀ ਸਾਂਝ ਦੇ ਪ੍ਰਤੀਕ ਨਹੀਂ ਰਹੇ। ਦੂਜਾ ਰੋਗੀ ਹੈ, ਮੈਨੂੰ ਕੀ ਉਹਨੂੰ ਪੀੜਾ ਹੈ, ਮੈਨੂੰ ਕੀ। ਗੁਆਂਢੀ ਸਾਰੀ ਰਾਤ ਨਹੀਂ ਸੁੱਤਾ, ਮੈਨੂੰ ਕੀ। ਪਰ ਦੇਖੋ ਕਈ ਗੱਲਾਂ ਜਿਹੜੀਆਂ ਚੰਗੀਆਂ ਨੇ, ਅਸੀਂ ਉਹਨਾਂ ਨੂੰ ਉਵੇਂ ਤਾਂ ਉਵੇਂ ਕਬੂਲ ਕਿਉਂ ਕੀਤਾ। ਅਰਦਾਸ ਦੇ ਇੱਕ ਲਫ਼ਜ਼ ਨੇ ਜਿੱਥੇ ਖਾਲਸੇ ਦੀ ਸਾਂਝ ਹੈ ਸਰਬੱਤ ਖਾਲਸੇ ਦੀ ਸਾਂਝ ਹੈ, ਜਦੋਂ ਇਹ ਕਹਿ ਲੈਂਦੇ ਨਾ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਪ੍ਰਥਮ ਖਾਲਸਾ ਜੀ ਕੀ ਅਰਦਾਸ ਸ਼ੁਰੂ ਹੁੰਦੀ ਹੈ। ਉੱਥੇ ਸਰਬੱਤ ਖਾਲਸੇ ਦੀ ਗੱਲ ਹੈ, ਕਿਸੇ ਦਾ ਨਾਂ ਨਹੀਂ, ਕੋਈ ਦੋ ਚਾਰ ਦਸ ਵਿਅਕਤੀਆਂ ਦਾ ਨਾਂ ਨਹੀਂ। ਤੇ ਖਾਲਸਾ ਸ਼ਬਦ ਵਰਤਿਆ, ਇਹ ਵੀ ਪਰਿਭਾਸ਼ਾ ਨਹੀਂ ਕੀਤੀ ਖਾਲਸਾ ਕਿਹੜਾ, ਕਿਉਂਕਿ ਅੱਜ ਤੇ ਖਾਲਸੇ ਦੇ ਵੀ ਕਈ ਰੂਪ ਹੋ ਗਏ ਨਾ। ਤੁਸੀਂ ਸਰਬੱਤ ਖਾਲਸੇ ਦੀ ਕੀ ਅਰਦਾਸ ਹੈ ਜੀ? ਸਰਬੱਤ ਖਾਲਸੇ ਕੋ ਵਾਹਿਗੁਰੂ ਵਾਹਿਗੁਰੂ ਚਿਤਾਵਨ ਚਿਤਾਵਨ ਕਾ ਸਦਕਾ ਸਰਬ ਸੁਖ ਹੋ ਗਏ। ਜਹਾਂ ਜਹਾਂ ਖਾਲਸਾ ਜੀ, ਇਹ ਨਹੀਂ ਮਤਲਬ
ਜਹਾਂ ਜਹਾਂ ਖਾਲਸਾ ਜੀ ਸਰ ਤਹਾਂ ਤਹਾਂ ਅਰਥ ਇਹ ਹੈ ਆਪਸੀ ਸੰਬੰਧਾਂ ਇੱਕ ਦੂਜੇ ਨਾਲ ਅਭੇਦਤਾ ਦਾ ਪ੍ਰਤੀਕ ਕਿਉਂਕਿ ਪੂਰਨ ਰੂਪ ਵਿੱਚ ਜਿਹੜੇ ਵਿਅਕਤੀਗਤ ਇਸ ਲਈ ਲਫ਼ਜ਼ ਖਾਲਸਾ ਵਰਤਿਆ ਭਾਵ ਚੰਗੇ ਮਨੁੱਖ ਜੀਵਨ ਵਾਲੇ ਮਨੁੱਖ ਪਵਿੱਤਰ ਤੇ ਸਵੱਛ ਜੀਵਨ ਵਾਲੇ ਮਨੁੱਖ ਭਾਵੇਂ ਕਿਤੇ ਵੀ ਰਹਿੰਦੇ ਕਿਸੇ ਵੀ ਧਰਮ ਵਿੱਚ ਨੇ ਕਿਸੇ ਵੀ ਪਹਿਰਾਵੇ ਵਿੱਚ ਨੇ ਕਿਸੇ ਵੀ ਵਿਸ਼ਵਾਸ ਵਿੱਚ ਨੇ ਉਹਨਾਂ ਸਾਰਿਆਂ ਲਈ ਸੁੱਖ ਮੰਗਣਾ ਸਾਡੀ ਪੀੜਾ ਸਾਂਝੀ ਹੋਣੀ ਬਹੁਤ ਜ਼ਰੂਰੀ ਪਹਿਲਾ ਦੁਖਾਂਤ ਕਿ ਸਾਡੀ ਪੀੜਾ ਸਾਂਝੀ ਨਹੀਂ ਰਹੀ ਪਰ ਚੰਗਾ ਹੋਵੇ ਜੇ ਸਾਂਝੀ ਪੀੜਾ ਨੂੰ ਤਾਂ ਅਹਿਸਾਸ ਕਰਦੇ ਉਸ ਪੀੜਾ ਦੇ ਇਲਾਜ ਲਈ ਕੁਝ ਸੋਚੀਏ ਲਓ ਅੱਜ ਦਾ ਸ਼ਬਦ ਇਸ ਗੱਲ ਦਾ ਪ੍ਰਤੀਕ ਹੈ ਇੱਕ ਪੀੜਾ ਵਾਲਾ ਮਨੁੱਖ ਸਾਂਝੀ ਪਰਿਵਾਰਕ ਪੀੜਾ ਵਾਲਾ ਮਨੁੱਖ ਕਿਉਂਕਿ ਜਿੱਥੇ ਵਿਚਾਰਾਂ ਦਾ ਸੰਗ੍ਰਹਿ ਹੋਵੇ ਉਸੇ ਨੂੰ ਪਰਿਵਾਰ ਆਖਦੇ ਨੇ ਆਪਾਂ ਇੱਥੇ ਇਹ ਕਿਉਂ ਘਰ ਪਰਿਵਾਰ ਨਾਂ ਕਿਉਂ ਰੱਖਿਆ ਪਰਿਵਾਰ ਕਿਉਂ ਨਾ ਰੱਖਿਆ ਇਸੇ ਲਈ ਕਿਉਂਕਿ ਅਸੀਂ ਇੱਕ ਅਕਾਲ ਪੁਰਖ ਨਾਲ ਜੁੜਨਾ ਚਾਹੁੰਦੇ ਇੱਥੇ ਹੋਰ ਦੂਜੇ ਦੀ ਗੱਲ ਕੋਈ ਨਹੀਂ ਇੱਥੇ ਦੂਜੇ ਦੀ ਉਪਾਸ਼ਨਾ ਕੋਈ ਨਹੀਂ ਇੱਕੋ ਦੀ ਇਸ ਲਈ ਜਿਹੜੇ ਇੱਕ ਵਿਚਾਰਧਾਰਾ ਦੇ ਇੱਕ ਸਿਧਾਂਤ ਨਾਲ ਇੱਕ ਪ੍ਰਭੂ ਨਾਲ ਜੁੜੇ ਹੋਏ ਲੋਕ ਨੇ ਉਹ ਇੱਕ ਪਰਿਵਾਰ ਨੇ ਕੰਮ ਜਿਹੜੇ ਇੱਕ ਪ੍ਰਭੂ ਨਾਲ ਮਿਲੇ ਹੋਏ ਨੇ ਉਹਨਾਂ ਦੇ ਅੰਦਰ ਵੀ ਪੀੜਾ ਹੋਈ ਹੋਈ ਹੈ ਇਹ ਅਹਿਸਾਸ ਤਾਂ ਕਰਨਾ ਪਏਗਾ ਅੱਜ ਉਹਨਾਂ ਅੰਦਰ ਵੀ ਪੀੜਾ ਹੈ ਪਰ ਉਸ ਪੀੜਾ ਦਾ ਇਲਾਜ ਕਈ ਵਾਰ ਅਣਜਾਣੇ ਨਹੀਂ ਹੋ ਰਿਹਾ ਤੇ ਗੁਰੂ ਨੇ ਅੱਜ ਦੇ ਸ਼ਬਦ ਵਿੱਚ ਫੈਸਲਾ ਦਿੱਤਾ ਉਹਨੂੰ ਸਮਝਣਾ ਕਹਿੰਦੇ ਨੇ ਕਿਉਂਕਿ ਅਸੀਂ ਸਿਧਾਂਤ ਨਾਲੋਂ ਵਿਛੜ ਗਏ ਹਾਂ ਦੁਖਾਂਤ ਕੀ ਮਨ ਮੁਖ ਵਿਛੜੇ ਦੂਰ ਜਦੋਂ ਆਰੰਭ ਵਿੱਚ ਵਿਛੜ ਗਏ ਤੇ ਵਿਛੜ ਕੇ ਦੋ ਕਦਮਾਂ ਤੇ ਦੂਰੀ ਹੋਵੇ ਆਵਾਜ਼ ਦੇ ਕੇ ਤੁਸੀਂ ਬੁਲਾ ਸਕਦੇ ਹੋ ਤੁਹਾਡੀ ਆਵਾਜ਼ ਉਹ ਸੁਣਦਾ ਹੈ ਕਿਉਂਕਿ ਨੇੜੇ ਹੀ ਹੈ ਹੁਣੇ ਹੀ ਵਿਛੜਿਆ ਸੀ ਜਿਹਨੂੰ ਥੋੜ੍ਹਾ ਸਮਾਂ ਬੀਤੀ ਹੈ ਨਾ ਵਿਛੇ ਨੇ ਉਹਨੂੰ ਬੁਲਾਉਣਾ ਉਹਨੂੰ ਆਵਾਜ਼ ਦੇਣੀ ਉਹਨੂੰ ਸੱਦਾ ਦੇਣਾ ਉਹਦਾ ਵਾਪਸ ਆ ਜਾਣਾ ਹੋ ਸਕਦਾ ਚਾਂਸ ਪਰ ਜਿਹਨੂੰ 70-80 ਸਾਲ ਵਿਛੜੇ ਨੂੰ ਤੇ ਵਿਛੋੜੇ ਨੂੰ ਹੋ ਗਏ ਹੋ ਸਿਧਾਂਤ ਨਾਲੋਂ ਉਹ ਪਤਾ ਨਹੀਂ ਅਸੀਂ ਸਾਲ ਅੰਦਰ ਜਾਂਦਾ ਦੂਰ ਜਾਂਦਾ ਕਿੰਨੀ ਦੂਰ ਚਲਾ ਗਏ ਹੁਣ ਤੋਂ ਤੇ ਤੱਕ ਆਵਾਜ਼ ਵੀ ਨਹੀਂ ਪਹੁੰਚ ਰਹੀ ਹੁਣ ਤਾਂ ਜੇ ਉਹਨੂੰ ਆਵਾਜ਼ ਵੀ ਦੇ ਦੇਣ ਵੀ ਭਰਿਆ ਵਾਪਸ ਆ ਜਾ ਗੁਰੂ ਦੀ ਗੋਦ ਵਿੱਚ ਉਹ ਆਵਾਜ਼ ਵੀ ਨਹੀਂ ਸੁਣਦਾ ਕਿਉਂਕਿ ਦੂਰ ਚਲਾ ਐਵੇਂ ਨਹੀਂ ਬਾਬਾ ਰਮਦਾਸ ਨੇ ਇੱਕ ਲਫ਼ਜ਼ ਵਰਤੇ ਕਹਿਣ ਲੱਗੇ ਕਿਉਂਕਿ ਦੇਰ ਬਹੁਤ ਗੁਜ਼ਰ ਗਈ ਇਹ ਵਿਛੜਿਆਂ ਨੂੰ ਹੁਣ ਉਹ ਜਿੱਥੇ
ਜਿੱਥੇ ਪਹੁੰਚੇ ਨੇ ਉਹਨਾਂ ਨੂੰ ਹੋਰ ਕੁਝ ਦਿਸਦਾ ਹੀ ਨਹੀਂ। ਕਿਆ ਕਿ ਮਨਮੁਖ ਪਿਛਲੀ ਦੂਰ ਬੜੀ ਦੂਰ ਚਲੀ ਗਈ, ਹੁਣ ਉਹਨਾਂ ਨੂੰ ਘਰ ਵੀ ਨਹੀਂ ਲੱਭਦਾ, ਦੂਰ ਚਲੇ ਗਏ, ਆਪਣਾ ਘਰ ਵੀ ਭੁੱਲ ਗਿਆ। ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ, ਉਹਨਾਂ ਨੂੰ ਘਰ ਵੀ ਨਹੀਂ ਲੱਭਦਾ। ਤੇ ਵਿਛੋੜੇ ਦੀ ਅਗਨ ਵਿੱਚ, ਤ੍ਰਿਸ਼ਨਾ ਦੀ ਅਗਨ ਵਿੱਚ ਜਲ ਰਹੀ ਹੈ ਆਤਮਾ, ਬਲ ਗਈ। ਗੁਰੂ ਨੇ ਆਪਣੀ ਰਸਨਾ ਤੋਂ ਫੈਸਲਾ ਦੇ ਦਿੱਤਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੇ ਤਨ ਪਾਣੀ ਵਿਸਰ ਜਾਏ, ਜੋ ਪੱਕਾ ਰੋਗੀ ਮਿਲਾ। ਹੋ ਗਿਆ, ਬਾਣੀ ਦਾ ਵਿਛੋੜਾ ਹੋ ਗਿਆ। ਤੇ ਵਿਛੋੜਾ ਹੋਏ ਨੂੰ ਇੱਕ ਦੋ ਚਾਰ ਦਸ ਵੀਹ ਦਿਨ ਮਹੀਨਾ ਦੋ ਮਹੀਨੇ ਨਹੀਂ ਹੋਏ, 70 ਸਾਲ ਦਾ ਵਿਛੋੜਾ ਹੋ ਗਿਆ। ਹੁਣ ਇੰਨੀ ਦੂਰ ਜਾ ਕੇ ਮਨੁੱਖ ਨੂੰ ਦੂਜੇ ਦੀ ਆਵਾਜ਼ ਨਾ ਸੁਣੇ, ਵਾਪਸ ਨਾ ਆਵੇ, ਤੇ ਜਿਹੜਾ ਕੋਈ ਨੇੜੇ ਹੋਵੇ ਉਸੇ ਦੇ ਸਹਾਰੇ ਤੁਰ ਪਏ। ਤੇ ਮੈਂ ਇੱਕ ਵਾਰ ਕੀਤੀ ਸੀ ਕਿ ਸਾਹਿਬਜ਼ਾਦੇ ਵਰਗੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੋਦੀ ਵਿੱਚ ਪੜੇ, ਜਿਹੜੀ ਚੇਤਨਤਾ ਦਾ ਨਸ ਪੈ, ਮਾਥਾ ਗੁਜਰੀ ਵਰ ਗਏ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵਿਛੋੜਾ ਹੋਇਆ, ਅਸੀਂ ਇਤਿਹਾਸ ਪੜ੍ਹ ਲੈਣ, ਵਿਛੋੜਾ ਹੋਇਆ ਉਦੋਂ ਗੰਗੂ ਦੇ ਨਾਲ ਹੀ ਤੁਰ ਪਏ। ਹੈ ਦੁਖਾਂਤ ਹੈ ਕੌਮੀ ਇਤਿਹਾਸ ਦਾ, ਪਰ ਉਦੋਂ ਹੀ ਤੁਰੇ ਨਾ ਜਦੋਂ ਸਰੀਰ ਕਰਕੇ ਵਜੂਦ, ਭਾਵੇਂ ਵਜੂਦ ਕਰਕੇ ਸੀ। ਮੈਂ ਐਗਜ਼ਾਮਪਲ ਦੇ ਰਿਹਾ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਫਿਜ਼ੀਕਲੀ ਦੂਰੀ ਹੋਈ, ਅੱਖੋਂ ਓਹਲੇ ਹੋਏ, ਵੱਖ ਵੱਖ ਹੋ ਗਏ, ਉਦੋਂ ਗੰਗੂ ਨਾਲ ਤੁਰੇ। ਜੇ ਭਲਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਦੂਰੀ ਨਾ ਹੁੰਦੀ ਤੇ ਭਲਾ ਗੁਰੂ ਸਾਹਿਬ ਦਾ ਪੱਲਾ ਛੱਡ ਕੇ ਗੰਗੂ ਨਾਲ ਤੁਰਦੇ? ਪਰ ਇੱਕ ਆਤਮਿਕ ਤੌਰ ਤੇ ਜਦੋਂ ਗੁਰੂ ਨਾਲੋਂ ਵਿਛੋੜਾ ਹੋਇਆ ਸਿੱਖ ਦੀ ਆਤਮਾ ਦਾ, ਜਦੋਂ ਬਾਣੀ ਗੁਰੂ ਨਾਲੋਂ ਵਿਛੋੜਾ ਹੋਇਆ ਸਿੱਖ ਦੀ ਆਤਮਾ ਦਾ, ਸਾਨੂੰ ਉਂਗਲੀ ਫੜਾ ਦਿੱਤੀ ਗੰਗੂ ਦੀ, ਇਹਦੇ ਨਾਲ ਤੁਰੇ ਚੱਲੋ। ਉਸ ਗੰਗੂ ਦਾ ਨਾਂ ਭਾਵੇਂ ਵਿੱਚ ਤਰਨਾ ਟਿਕਾ ਲਓ, ਭਾਵੇਂ ਦਰਸ਼ਨ ਕਰੋ, ਸਾਨੂੰ ਉਂਗਲ ਫੜਾ ਦਿੱਤੀ ਗੰਗੂ ਦੀ। ਗੰਗੂ ਸਾਨੂੰ ਆਤਮਿਕ ਮੌਤ ਵੱਲ ਲੈ ਕੇ ਤੁਰਿਆ ਜਾਂਦਾ ਹੈ, ਅਸੀਂ ਤੁਰੇ ਜਾਂਦੇ ਹਾਂ। ਪਿੱਛੋਂ ਕੋਈ ਆਵਾਜ਼ ਦੇਵੇ, ਕੌਣ ਦੇਵੇ? ਦੂਰ ਚਲੇ ਗਏ, ਬਹੁਤ ਦੂਰ ਚਲੇ ਗਏ, ਹੁਣ ਆਵਾਜ਼ਾਂ ਵੀ ਨਹੀਂ ਸੁਣਦੀਆਂ। ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਵਿਛੜੇ ਕੇ, ਗੁਰੂ ਨੂੰ ਤਿਆਗ ਕੇ ਗੰਗੂ ਕੂੜ ਦੀ ਉਂਗਲ ਸਾਡੇ ਹੱਥ ਆ ਗਈ। ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ। ਜ਼ਿੰਦਗੀ ਦਾ ਹਿੱਸਾ ਬਣ ਗਿਆ, ਅਸੀਂ ਆਖਿਆ ਖੋਰੇ ਇਸੇ ਦੀ ਉਂਗਲ ਹੀ ਸਾਨੂੰ ਕਿਸੇ ਕਿਨਾਰੇ ਲਗਾ ਦੇਵੇ। ਅੱਜ ਮੇਰੇ ਸਾਹਮਣੇ ਜਦੋਂ ਕੋਈ ਐਸੀ ਚੀਜ਼ ਆ ਜਾਂਦੀ ਹੈ, ਮੇਰੇ ਕੋਲ ਰਿਹਾ ਨਹੀਂ ਜਾਂਦਾ, ਮੈਂ ਆਪਣੇ ਪਰਿਵਾਰ ਵਿੱਚ ਸਾਂਝੀ ਕਰ ਲੈਂਦਾ।
ਕੱਲ ਹੀ ਮੇਰੇ ਸਾਹਮਣੇ ਆਈ, ਮੈਂ ਹੈਰਾਨ ਹੋਇਆ। ਗੁਰੂ ਸਾਨੂੰ ਇੱਕ ਨਾਲ ਲਗਾ ਲਿਆ। ਗੁਰੂ ਕਹਿੰਦਾ ਤੇਰਾ ਗੁਰੂ ਵੀ ਇੱਕ ਹੈ, ਤੇਰਾ ਰੱਬ ਵੀ ਇੱਕ ਹੈ, ਤੇਰੀ ਬਾਣੀ ਵੀ ਇੱਕ ਹੈ, ਤੇਰਾ ਸਿਧਾਂਤ ਵੀ ਇੱਕ ਹੈ, ਕੋਈ ਦੂਜਾ ਨਹੀਂ। ਮੈਂ ਕਿਸੇ ਦੂਜੇ ਨੂੰ ਮਾਨਤਾ ਨਹੀਂ ਦਿੰਦਾ। ਤੂੰ ਇੱਕੋ ਸਾਹਿਬ, ਅਵਰ ਨਾ ਹੋਰ, ਕੋਈ ਦੂਜਾ ਨਹੀਂ। ਸੰਸਾਰ ਦੇ ਲੋਕਾਂ ਦਾ ਆਪਣਾ ਤਜਰਬਾ ਸੀ, ਉਹਨਾਂ ਆਪਣੇ ਤਜਰਬੇ ਨਾਲ ਵੀ ਇੱਕ ਗੱਲ ਬੜੀ ਪ੍ਰਚਲਿਤ ਕਰ ਦਿੱਤੀ ਕਿ ਦੋ ਬੇੜੀਆਂ ਤੇ ਅਸਵਾਰ ਹੋਣ ਵਾਲਾ ਕਦੀ ਕਿਨਾਰੇ ਨਹੀਂ ਪਹੁੰਚਦਾ। ਲੋਕ ਆਖਦੇ ਨੇ, ਸਮਾਜ ਆਖਦਾ, ਉਹਨਾਂ ਦਾ ਤਜਰਬਾ ਹੈ ਕਿ ਦੋ ਬੇੜੀਆਂ ਤੇ ਅਸਵਾਰ ਹੋਣ ਵਾਲਾ ਕਦੀ ਕਿਨਾਰੇ ਦੀ ਆਸ ਨਾ। ਇਸੇ ਲਈ ਤੈਨੂੰ ਇੱਕ ਨਾਲ ਜੁੜੀ ਸੀ, ਪਰ ਦੂਜਾ ਤੂੰ ਨਾਲ ਖੜਾ ਕਰ ਲਿਆ ਆਪੇ, ਭਾਵੇਂ ਗ੍ਰੰਥ ਹੈ ਭਾਵੇਂ ਪੰਥ ਹੈ। ਅੱਜ ਤੈਨੂੰ ਆਸਾਨ ਨਜ਼ਰ ਆਉਂਦਾ, ਤੂੰ ਕਹਿੰਦਾ ਤੇਰੇ ਦੋ ਗੁਰੂ ਨੇ, ਇੱਕ ਗੁਰੂ ਗ੍ਰੰਥ, ਇੱਕ ਗੁਰੂ ਪੰਥ। ਦੋਵਾਂ ਲਫ਼ਜ਼ਾਂ ਨਾਲ ਇਹਨਾਂ ਮਤਲਬ ਤੇਰੇ ਦੋ ਗੁਰੂ ਤਾਂ ਹੋ ਗਏ, ਇੱਕਾ ਬਾਣੀ ਇੱਕ ਗੁਰ ਵਾਲੀ ਗੱਲ ਤਾਂ ਨਾ ਰਹੀ, ਦੋ ਗੁਰੂ ਤਾਂ ਹੋ ਗਏ। ਅਗਰ ਫਿਰ ਦੋ ਗੁਰੂਆਂ ਵਿੱਚੋਂ ਅਜੀਬ ਗੱਲ ਹੈ, ਉਹਨੂੰ ਪਰਖ ਨਹੀਂ ਕੀਤੀ। ਹੁਣ ਗੁਰੂ ਗ੍ਰੰਥ ਜਿਹੜਾ ਸੀ, ਉਹਦੇ ਵਿੱਚ ਸਾਰਾ ਫੈਸਲਾ, ਸਾਰੀ ਜੀਵਨ ਦੀ ਰਹਿਤ, ਸਾਰੀ ਜੀਵਨ ਦੀ ਤਰਤੀਬ ਉਹ ਸੀ ਜਿਹੜੀ ਰੱਬ ਵੱਲੋਂ, ਅਕਾਲ ਪੁਰਖ ਵੱਲੋਂ ਮਿਲੀ ਸੀ, ਕਿਉਂਕਿ ਗੁਰੂ ਆਖ ਰਿਹਾ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ, ਕਿਉਂਕਿ ਗੁਰੂ ਆਖ ਰਿਹਾ ਸੀ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀ। ਪਰ ਦੂਜੇ ਪਾਸੇ ਪੰਥ ਦੀ ਕਿਰਤ ਸੀ ਜਿਹਨੂੰ ਗੁਰੂ ਪੰਥ ਆਖ ਰਹੇ। ਖੈਰ ਇਹ ਬੜਾ ਵੱਡਾ ਵਿਸਥਾਰ ਹੈ, ਕਿਉਂਕਿ ਪੰਥ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਮਨੁੱਖ ਲਈ ਹੈ ਹੀ ਨਹੀਂ। ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਔਖਾ ਵਿਸ਼ਾ। ਉਹਨੇ ਆਪਣੀ ਗੁਰਿਆਈ ਕਾਇਮ ਕਰਨ ਲਈ ਗੁਰੂ ਗ੍ਰੰਥ ਦੇ ਫੈਸਲੇ ਨੂੰ ਇਗਨੋਰ ਕੀਤਾ, ਪਾਸੇ ਕੀਤਾ, ਤੇ ਉਹਨੇ ਆਪਣੇ ਫੈਸਲਿਆਂ ਦੀ ਇੱਕ ਲਿਸਟ ਬਣਾ ਲਈ ਜਿਹਨੂੰ ਅਸੀਂ ਰਹਿਤ ਆਖਿਆ। ਇਹ ਪੰਥਕ ਰਹਿਤ, ਇਹ ਪੰਥਕ ਰਹਿਤ ਗ੍ਰੰਥ ਰਹਿਤ ਪ੍ਰਵਾਨ ਨਹੀਂ। ਤੈਨੂੰ ਪੰਥ ਰਹਿਤ ਦੀ ਲੋੜ ਪਈ। ਦੋ ਗੁਰੂ ਨੇ, ਇੱਕ ਪਾਸੇ ਗ੍ਰੰਥ ਗੁਰੂ ਹੈ, ਇੱਕ ਪਾਸੇ ਪੰਥ ਗੁਰੂ ਹੈ। ਇੱਕ ਪਾਸੇ ਗ੍ਰੰਥ ਦੀ ਬਖਸ਼ੀ ਹੋਈ ਰਹਿਤ ਹੈ, ਇੱਕ ਪਾਸੇ ਪੰਥ ਦੀ ਸੰਪਾਦਨਾ ਕੀਤੀ ਹੋਈ ਰਹਿਤ ਹੈ। ਭਰਿਆ ਕਿਹੜੀ ਅਜੀਬ ਘਟਨਾ ਹੈ ਕਿ ਤੂੰ ਗੰਗੂ ਦਾ ਪੱਲਾ ਇੰਨਾ ਘੁੱਟ ਕੇ ਫੜ ਲਿਆ ਕਿ ਤੂੰ ਅੱਜ ਇਹ ਨਹੀਂ ਕਹਿੰਦਾ ਆਪਣੀ ਜੀਵਨ ਰਹਿਤ ਗੁਰੂ ਕੋਲੋਂ ਪੁੱਛ ਲਓ। ਗੁਰੂ ਗ੍ਰੰਥ ਦੀ ਰਹਿਤ ਦੀ ਕੋਈ ਗੱਲ ਨਹੀਂ ਕਰ ਰਿਹਾ, ਪੰਥ ਪ੍ਰਵਾਨਿਤ ਰਹਿਤ ਦੀ ਗੱਲ ਕਰਦਾ, ਗ੍ਰੰਥ ਪ੍ਰਵਾਨਿਤ ਰਹਿਤ ਦੀ ਨਹੀਂ ਕਰਦਾ। ਦੱਸ ਦਿਓ ਮੈਨੂੰ ਕਿੱਥੇ ਮਹਿਸੂਸ ਹੋਇਆ ਕਿ ਗ੍ਰੰਥ ਪ੍ਰਵਾਨਿਤ ਰਹਿਤ ਦੀ ਕੋਈ ਗੱਲ ਨਹੀਂ ਕਰ ਰਿਹਾ। ਗੁਰੂ ਤਾਂ ਸਾਡਾ ਗ੍ਰੰਥ ਸੀ, ਪੰਥ ਪ੍ਰਵਾਨਿਤ ਰਹਿਤ ਦੀ ਗੱਲ ਕਰ ਰਿਹਾ। ਪੰਥ ਪ੍ਰਵਾਨਿਤ ਰਹਿਤ ਨੂੰ ਮੰਨੋ, ਕਿਉਂ? ਕਿਉਂਕਿ ਗ੍ਰੰਥ ਪ੍ਰਵਾਨਿਤ ਰਹਿਤ ਨੂੰ ਮੰਨੋਗੇ ਤੇ ਫਿਰ ਤੁਹਾਨੂੰ ਮੁਸ਼ਕਲ ਹੋ ਜਾਏਗਾ ਚੌਪਈ ਦਾ ਪਾਠ ਕਰਨਾ, ਕਿਉਂਕਿ ਗ੍ਰੰਥ ਵਿੱਚ ਨਹੀਂ ਹੈ। ਕਿੰਨੇ ਹੱਕ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਧਰ ਹੋਵੇ ਜਾਂ ਤਾਂ ਨਾ ਹੋਵੇ ਨਾ? ਕਿੰਨੇ ਹੱਕ ਦਿੱਤਾ ਕਿ ਸੋਧਰ ਵਿੱਚ ਤੂੰ ਸੋਧਰ ਨਾਲੋਂ ਚਾਰ ਗੁਣਾ ਹੋਰ ਜ਼ਿਆਦਾ ਬਾਹਰਲੀਆਂ ਚੀਜ਼ਾਂ ਰਲਾ ਦੇਵੇ ਤੇ ਆਪਣੀ ਮਰਜ਼ੀ ਦੀ ਲਹਿਰ ਰਸ ਬਣਾ ਲਵੇ? ਇਹ ਤੈਨੂੰ ਹੱਕ ਹੈ ਤੂੰ ਗੁਰਬਾਣੀ ਨੂੰ ਬਦਲੇ? ਗੁਰਬਾਣੀ ਬਦਲ ਕੇ ਜੋ ਗ੍ਰੰਥ ਦੀ ਲਹਿ ਰਸ ਸੀ ਉਹ ਪੰਥ ਦੀ ਰਹਿਤ ਰਸ ਨਾ ਰਹੇ, ਤੇ ਕਿਉਂਕਿ ਪੰਥ ਵੱਖਰੇ ਵੱਖਰੇ ਨੇ ਇਸ ਲਈ ਫਿਰ ਪੰਥਕ ਰਹਿਤ ਮਰਿਆਦਾ ਦੀ ਰਹਿ ਰਾਸ ਹੋਰ ਹੋ ਗਈ, ਜਿੱਥੇ ਡੇਰਿਆਂ ਦੀ ਰਹਿ ਰਾਸ ਹੋਰ ਹੋ ਗਈ, ਜੇ ਅੱਗੇ ਜਾਓ ਤਾਂ ਇੱਕ ਤਖਤ ਦੀ ਰਹਿ ਰਾਸ ਹੋਰ ਹੋ ਗਈ, ਤੇ ਅੱਜ ਜਾਓ ਦੱਖਣ ਹੈਦਰਾਬਾਦ ਵਿੱਚ ਨਦੇੜ ਸਾਹਿਬ, ਉੱਥੋਂ ਦੀ ਰਹਿ ਰਾਸ ਤਾਂ ਸਭ ਤੋਂ ਲੰਬੀ ਹੈ।
ਇਹ ਸਭ ਕੁਝ ਕਿਉਂ ਹੋਇਆ? ਕਿਉਂ? ਕਿਉਂਕਿ ਅਸੀਂ ਗ੍ਰੰਥ ਨੂੰ ਮਾਨਤਾ ਨਹੀਂ ਦਿੱਤੀ। ਸਾਨੂੰ ਆਪਣੀ ਪੀੜਾ ਦਾ ਅਹਿਸਾਸ ਤਾਂ ਹੈ, ਪਰ ਪੀੜਾ ਨੂੰ ਅਸੀਂ ਡਾਇਗਨੋਜ਼ ਨਹੀਂ ਕਰ ਰਹੇ। ਨਾ ਸਾਡਾ ਕੋਈ ਸਾਨੂੰ ਐਸਾ ਡਾਕਟਰ ਕੋਲ ਜਾਂਦੇ ਹਾਂ ਜਿਹਦੇ ਸਾਹਮਣੇ ਆਪਾਂ ਰੱਖੀਏ ਅਤੇ ਉਹ ਸਾਡੀ ਪੀੜਾ ਦਾ ਇਲਾਜ ਕਰੇ। ਇਹਨਾਂ ਤੇ ਪੁੱਛੋ ਵੀ ਆਖਰ ਪੰਥ ਸ਼ਬਦ ਦਾ ਅਰਥ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਪੁੱਛ ਲਓ। ਇਹਨਾਂ ਤਾਂ ਕੁਛ ਹੋਰ ਅਰਦਾਸ ਕਿਉਂ ਬਦਲੀ ਗਈ? ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹਨੂੰ ਕਿਉਂ ਨਹੀਂ ਪ੍ਰਵਾਨ ਕੀਤਾ ਗਿਆ? ਅਸੀਂ ਮੰਨਦੇ ਤਾਂ ਗੁਰੂ ਹੋਣਾ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਸੋਦਰ ਕਿਉਂ ਨਹੀਂ ਪ੍ਰਵਾਨ? ਮੰਨਦੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ। ਜੇ ਅਸੀਂ ਗੁਰੂ ਗ੍ਰੰਥ ਦੇ ਰਹਿਤ ਪੁੱਛੀਏ ਕਿ ਗ੍ਰੰਥ ਪ੍ਰਵਾਨਿਤ ਰਹਿਤ ਕੀ ਹੈ, ਤੁਹਾਡਾ ਅੰਮ੍ਰਿਤ ਵੀ ਇੱਕ ਹੋ ਜਾਏ, ਤੁਹਾਡੀ ਰਹਿਰਾਸ ਵੀ ਇੱਕ ਹੋ ਜਾਏ। ਕਿਉਂਕਿ ਗ੍ਰੰਥ ਦੀ ਪ੍ਰਮਾਣਿਤ ਰਹਿਰਾਸ ਅਤੇ ਅਰਦਾਸ ਵਿੱਚ ਫਿਰ ਭਗਵਤੀ ਦਾ ਪਾਠ ਨਹੀਂ ਆ ਸਕੇਗਾ। ਗ੍ਰੰਥ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਜਿਸ ਦਿਨ ਤੁਸੀਂ ਪ੍ਰਵਾਨ ਕਰੋਗੇ, ਉਸ ਦਿਨ ਚੌਪਈ ਦਾ ਪਾਠ, ਸੋਦਰ ਦਾ ਪਾਠ ਨਹੀਂ ਬਦਲੇਗਾ, ਕੁਛ ਵੀ ਨਹੀਂ ਆ ਸਕੇਗਾ। ਇਹ ਓਨੀ ਦੇਰ ਹੈ ਜਿੰਨੀ ਦੇਰ ਅਸੀਂ ਗ੍ਰੰਥ ਗੁਰੂ ਨੂੰ ਇਗਨੋਰ ਕਰ ਰਹੇ ਹਾਂ। ਮੱਥਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਟੇਕ ਰਹੇ, ਗੁਰਦੁਆਰਿਆਂ ਵਿੱਚ ਗ੍ਰੰਥ ਪ੍ਰਕਾਸ਼ ਹੈ, ਜਦੋਂ ਬੋਲਦੇ ਹਾਂ ਉਦੋਂ ਇਹੋ ਆਖਦੇ ਹਾਂ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਭਰਿਆ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਹਾਡਾ ਗੁਰੂ ਹੈ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੋਦਰ ਕਿਉਂ ਪ੍ਰਵਾਨ ਹੈ? ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਰਦਾਸ ਕਿਉਂ ਪ੍ਰਵਾਨ ਹੈ? ਮਰਿਆਦਾ ਕਿਉਂ ਪ੍ਰਵਾਨ ਹੈ? ਹਰ ਸਟੇਜ ਤੇ ਔਰ ਚੰਗੇ ਚੰਗੇ ਆਗੂ ਸਮਝੇ ਜਾਣ ਵਾਲੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹ ਵੀ ਮੈਂ ਕੱਲ੍ਹ ਸੁਣ ਕੇ ਹੈਰਾਨ ਹੋਇਆ ਜਦੋਂ ਉਹਨਾਂ ਨੇ ਰਹਿਤ ਦੀ ਗੱਲ ਕੀਤੀ। ਨਾ ਜੀ, ਪੰਥਕ ਪੰਥ ਪ੍ਰਵਾਨਿਤ ਰਹਿਤ ਮਰਿਆਦਾ, ਇਹ ਨਹੀਂ ਆਖਿਆ ਗ੍ਰੰਥ ਪ੍ਰਵਾਨਿਤ ਰਹਿਤ ਮਰਿਆਦਾ। ਜਿਸ ਦਿਨ ਤੂੰ ਗ੍ਰੰਥ ਪ੍ਰਵਾਨਿਤ ਰਹਿਤ ਮਰਿਆਦਾ ਵਿੱਚ ਆਵੇਗਾ, ਇਹ ਪੀੜਾ ਉਦੋਂ ਹੀ ਖਤਮ ਹੋਵੇਗੀ, ਨਹੀਂ ਤਾਂ ਇਹ ਪੀੜਾ ਵੱਧਦੀ ਜਾ ਰਹੀ ਹੈ। ਹਰ ਸਿੱਖ ਆਪਣੀ ਥਾਵੇਂ ਦੁਖੀ ਜ਼ਰੂਰ ਹੈ ਜੋ ਹਾਲਾਤ ਅੱਜ ਬਣੇ ਹੋਏ ਨੇ। ਆਉਣ ਵਾਲੇ ਸਮੇਂ ਅੰਦਰ ਇਸੇ ਹਾਲਾਤਾਂ ਵਿੱਚੋਂ ਸਾਨੂੰ ਵੱਡਾ ਖਤਰਾ ਨਜ਼ਰ ਆਉਂਦਾ ਹੈ ਕਿ ਕਿਤੇ ਇਸ ਜਿੰਦੇ ਲਈ ਇਹ ਹਾਲਾਤ ਪੈਦਾ ਕੀਤੇ ਜਾਣ ਦੇ, ਜਿਵੇਂ ਗੁਰੂ ਨੇ ਬਾਣੀ ਵਿੱਚ ਆਖਿਆ ਨਾ, ਜਾਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੇ ਸੁੱਖ, ਜਿਹਨਾਂ ਦਾ ਜਿਹਨਾਂ ਦੇ ਪੈਰ ਕਬਰ ਵਿੱਚ ਪਾ ਦਿੱਤੇ ਗਏ ਉਹ ਵੀ ਸੁੱਖ ਸੁੱਤੇ ਰਹਿਣ, ਉਹ ਜਾਗਣ ਦਾ ਇਹ ਨਾ ਸੋਚਣ ਵੀ ਆਖਰ ਇਹ ਪੀੜਾ ਕਿਉਂ ਪੈਦਾ ਹੋਈ ਹੈ। ਭਰਿਓ, ਇਸ ਪੀੜਾ ਦਾ ਇੱਕੋ ਕਾਰਨ ਹੈ ਕਿ ਅਸੀਂ ਰਹਿਤ ਗੁਰੂ ਦੀ ਨਹੀਂ ਮੰਨ ਰਹੇ। ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਹੁਕਮ ਕਰਨ, ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਆਗਿਆ ਦੇਣ, ਜਿਹੜਾ ਸਾਡੇ ਜੀਵਨ ਦੀ ਸਿਲੇਬਸ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਣ, ਅਸੀਂ ਉਹਨੂੰ ਇਗਨੋਰ ਕਰ ਦਿੱਤਾ। ਤੇ 8-9 ਆਦਮੀਆਂ ਦੀ ਗਿਣਤੀ ਦੇ 9 ਆਦਮੀ ਮਨੁੱਖਾਂ ਦੇ ਬਣਾਈ ਤੇ ਸੰਪਾਦਨਾ ਕੀਤੀ ਹੋਈ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਗਨੋਰ ਕਰਕੇ ਉਹਨੂੰ ਮਾਨਤਾ ਦੇ ਰਹੇ ਹਾਂ। ਆਖਰ ਇਹ ਪੀੜਾ ਹੋਵੇ ਨਾ ਤੇ ਕਿਉਂ ਨਾ ਹੋਵੇ? ਗੁਰੂ ਨੇ ਇਹੋ ਹੀ ਫੈਸਲਾ ਦਿੱਤਾ, ਕਹਿੰਦੇ ਦੀ ਹਾਲਤ ਇਹ ਹੈ ਕਿ ਸਿਧਾਂਤ ਨਾਲੋਂ ਗੁਰੂ ਨਾਲੋਂ ਵਿਛੜ ਕੇ ਬਹੁਤ ਦੂਰ ਜਾ ਚੁੱਕਾ ਹੈ, ਕਿਉਂਕਿ ਇਹਨੂੰ 70 ਸਾਲ ਹੋ ਗਏ ਨੇ ਉਹ ਪੜ੍ਹਦੇ ਹਨ, ਜਾਂ 80 ਸਾਲ ਹੋ ਗਏ ਨੇ, ਹੁਣ ਇਹਨੂੰ ਛੱਡਣਾ ਹੋ ਗਿਆ, ਬਹੁਤ ਦੂਰ ਜਾ ਚੁੱਕਾ ਹੈ, ਹੁਣ ਇਹਨੂੰ ਗੁਰੂ ਦੀ ਆਵਾਜ਼ ਵੀ ਨਹੀਂ ਸੁਣਦੀ। ਗੁਰੂ ਕਹਿੰਦੇ ਨੇ ਹੁਣ ਕੂੜ ਹੀ ਇਹਦੇ ਜੀਵਨ ਦਾ ਹਿੱਸਾ ਹੋ ਗਿਆ। ਸਤਿਗੁਰੂ ਕਹਿੰਦੇ ਨੇ
ਜਿਹੇ ਜੰਗਲ ਵਿੱਚ ਫਸ ਗਿਆ। ਹੁਣ ਅਗਲੀ ਵਾਰ ਤੋਂ ਅੰਦਰ ਫਿਰ ਪੰਥ ਸ਼ਬਦ ਵਰਤਿਆ ਨਹੀਂ, ਨਾਲ ਪੰਥ ਦੇ ਅਰਥ ਵੀ ਹੋ ਜਾਣਗੇ। ਗੁਰੂ ਕਹਿੰਦੇ ਨੇ ਪੰਥ ਦਾ ਮਤਲਬ ਹੈ ਰਸਤਾ। ਉਜੜ ਪੰਥ ਭਰਮੇ ਗਵਾਰੀ, ਕਿਸੇ ਉਜੜੇ ਹੋਏ ਪੰਥ ਰਾਹ ਵਿੱਚ ਭਰਮ ਗਿਆ ਹੈ, ਫਸ ਗਿਆ ਹੈ ਤੇ ਖਿਣ ਖਿਣ ਧੱਕੇ ਖਾਇਆ, ਥਾਂ ਥਾਂ ਤੇ ਠੋਕਰਾਂ ਖਾ ਰਿਹਾ, ਪਰ ਆਪਣੇ ਜਿਹੜਾ ਮੱਗ ਗੁਰੂ ਨੇ ਦੇਣਾ ਸੀ ਮੈਨੂੰ ਸਤਿਗੁਰੂ ਮੱਗ ਨਾ ਪਾਇਆ, ਉਹ ਪ੍ਰਾਪਤ ਨਹੀਂ ਕਰ ਰਿਹਾ। ਮਨੁੱਖ ਜਿਹੜਾ ਸਿੱਖ ਦੇ ਰੂਪ ਵਿੱਚ ਭਲਾ ਗੁਰੂ ਕੋਲ ਆ ਜਾਏ। ਆਖਰੀ ਲਾਈਨ ਅੰਦਰ ਅਰਦਾਸ ਹੈ, ਕਹਿੰਦੇ ਇਸ ਵਿਛੜੇ ਨੂੰ ਸਤਿਗੁਰੂ ਮਿਲਾ ਦੇਵੇ, ਮੁੜ ਇਹ ਮਾਲਕ ਦੇ ਗੁਰੂ ਦੇ ਚਰਨਾਂ ਵਿੱਚ ਆ ਜਾਏ। ਸਾਡਾ ਰੋਗ ਵੀ ਸਾਨੂੰ ਸਮਝਾ ਰਿਹਾ ਹੈ ਕਿ ਗੁਰੂ ਤੋਂ ਵਿਛੜ ਕੇ ਤੂੰ ਦੁਖੀ ਹੋ ਰਿਹਾ ਹੈ, ਤੈਨੂੰ ਕੋਈ ਰਾਹ ਨਹੀਂ ਮਿਲ ਰਿਹਾ, ਔਜੜ ਵਿੱਚ ਫਸ ਗਿਆ ਹੈ, ਖਿਣ ਖਿਣ ਧੱਕੇ ਖਾ ਰਹੇ ਹੈ, ਪਰੇਸ਼ਾਨ ਹੋ ਰਹੇ ਹੈ, ਕੂੜ ਦੀ ਉਂਗਲ ਫੜ ਕੇ ਤੁਰ ਕੇ ਮਹਿਲ ਪਾਉਣਾ ਚਾਹੁੰਦਾ ਜਿਹੜਾ ਅਸੰਭਵ ਹੋ ਗਿਆ, ਤੈਨੂੰ ਕੋਈ ਟਿਕਾਣਾ ਕੋਈ ਮੰਜ਼ਿਲ ਨਹੀਂ ਮਿਲ ਰਹੀ, ਹਰ ਆਇਆ ਦਿਨ ਨਵਾਂ ਆਇਆ ਦਿਨ ਤੇਰੇ ਲਈ ਨਵੀਂ ਪ੍ਰੋਬਲਮ ਲੈ ਕੇ ਆਉਂਦਾ ਹੈ। ਪਰ ਗੁਰੂ ਕਹਿੰਦੇ ਨੇ ਫਿਰ ਵੀ ਅਰਦਾਸ ਹੈ ਮਨੁੱਖਤਾ ਲਈ ਕਿ ਰਹਿਮਤ ਕਰੇ ਮੇਰਾ ਮਾਲਕ, ਇਹਨੂੰ ਗੁਰੂ ਮੇਰੇ ਪਵੇ, ਮੁੜ ਕੇ ਇਹ ਗੁਰੂ ਦੇ ਚਰਨਾਂ ਵਿੱਚ ਆ ਜਾਏ, ਮੁੜ ਕੇ ਇਹਨੂੰ ਬਾਣੀ ਗੁਰੂ ਦਾ ਸਿਧਾਂਤ ਚੇਤੇ ਆ ਜਾਏ, ਇਹ ਛੱਡ ਦੇਵੇ ਕੂੜ ਦੀ ਉਂਗਲ
ਛੱਡ ਦੇਵੇ ਗੰਗੂ ਦੀ ਉਂਗਲ ਵਾਪਸ ਆ ਜਾਏ ਭਲਾ ਰਹਿਮਤ ਕਰੇ ਸਤਿਗੁਰੂ ਅਤੇ ਸੁਖੀ ਹੋ ਜਾਏ ਗੁਰੂ ਦਾ ਇੱਛਾ ਅਤੇ ਆਸ਼ਾ ਇਹੋ ਹੀ ਹੈ ਸਾਡੇ ਲਈ ਅਰਦਾਸ ਹੈ ਗੁਰੂ ਰਹਿਮਤ ਕਰੇ ਅਸੀਂ ਵੀ ਇਹੋ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਆਪਣੇ ਨਾਲ ਜੋੜ ਕੇ ਰੱਖ ਤੇਰੀ ਗੋਦੀ ਵਿੱਚ ਤੇਰੇ ਚਰਨਾਂ ਵਿੱਚ ਹੀ ਅਸੀਂ ਸੁਰੱਖਿਅਤ ਹਾਂ ਜਿਹੜੇ ਤੇਰੇ ਤੋਂ ਟੁੱਟ ਜਾਣਗੇ ਉਹਨਾਂ ਦਾ ਕੋਈ ਟਿਕਾਣਾ ਨਹੀਂ ਸਤਿਗੁਰੂ ਨੇ ਬਾਣੀ ਅੰਦਰ ਇੱਕ ਥਾਂ 'ਤੇ ਐਗਜ਼ਾਂਪਲ ਦਿੱਤੀ ਹੈ ਕਹਿੰਦੇ ਨੇ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਅੱਕ ਦੇ ਬੂਟੇ ਨਾਲ ਇੱਧਰ ਹੋ ਸਕਦਾ ਬੱਚਿਆਂ ਨੇ ਨਾ ਦੇਖੇ ਬਜ਼ੁਰਗਾਂ ਨੇ ਦੇਖੇ ਰੇਤਲੇ ਇਲਾਕਿਆਂ ਵਿੱਚ ਮਾਰੂਥਲਾਂ ਵਿੱਚ ਅੱਕ ਦੇ ਬੂਟੇ ਜ਼ਿਆਦਾ ਹੁੰਦੇ ਨੇ ਉਹਦੇ ਨਾਲ ਇੱਕ ਖੜੀਆਂ ਛੋਟੇ ਛੋਟੇ ਫਲ ਲੱਗਦੇ ਅਤੇ ਉਹਨਾਂ ਫਲਾਂ ਦੀ ਸ਼ਕਲ ਬਿਲਕੁਲ ਅੰਬਾਂ ਵਰਗੀ ਉਸੇ ਤਰ੍ਹਾਂ ਦਾ ਡਿਜ਼ਾਇਨ ਹੁੰਦਾ ਦੇਖਣ ਨੂੰ ਬੜੇ ਸੋਹਣੇ ਲੱਗਦੇ ਕਹਿੰਦੇ ਨੇ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਪਰ ਕਹਿਣ ਲੱਗੇ ਜਿੰਨੀ ਦੇਰ ਉਹ ਅੱਗ ਦੀ ਅੱਕ ਦੀ ਟਾਹਣੀ ਨਾਲ ਲੱਗੀਆਂ ਹੁੰਦੀਆਂ ਨੇ ਉਹਨਾਂ 'ਚ ਹੀ ਸੋਹਣੀਆਂ ਲੱਗਦੀਆਂ ਨੇ ਪਰ ਗਰਮੀਆਂ ਦੇ ਦਿਹਾੜੇ ਜਦੋਂ ਉਹ ਅੱਕ ਦੀ ਖੱਖੜੀ ਫਟ ਜਾਂਦੀ ਹੈ ਉਹਦੇ ਵਿੱਚੋਂ ਛੋਟੇ ਛੋਟੇ ਤੂੰਬੇ ਨਿਕਲਦੇ ਨੇ ਤੁਸੀਂ ਕਦੀ ਗਰਮੀਆਂ ਜਾ ਕੇ ਦੇਖੋ ਉਹ ਹਵਾ ਵਿੱਚ ਉੱਡਦੇ ਨੇ ਇੱਕ ਪਾਸਿਓਂ ਹਵਾ ਆਉਂਦੀ ਹੈ ਦੂਜੇ ਪਾਸੇ ਉਡਾ ਕੇ ਲੈ ਜਾਂਦੀ ਦੂਜੇ ਪਾਸੋਂ ਹਵਾ ਆਉਂਦੀ ਹੈ ਦੂਜੇ ਪਾਸੇ ਉਡਾ ਕੇ ਨਾ ਉਹਨਾਂ ਦਾ ਕੋਈ ਟਿਕਾਣਾ ਨਾ ਕੋਈ ਥਾਂ ਉੱਥੇ ਕਹਿਣ ਲੱਗੇ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹੋ ਵਿਛੋੜਾ ਤਿਸ ਧਣੀ ਨਾਨਕ ਸਹਿਸੇ ਕੰਠ ਮਾਲਕ ਨਾਲੋਂ ਟੁੱਟ ਕੇ ਕੇਵਲ ਨਿਥਾਵਾਂ ਹੋ ਕੇ ਭਟਕ ਰਹਿੰਦਾ ਅੱਜ ਸਾਡੇ ਸਮਾਜ ਦੀ ਇਹੋ ਹਾਲਤ ਹੈ ਗੁਰੂ ਵੱਲੋਂ ਟੁੱਟ ਕੇ ਅਸੀਂ ਨਿਥਾਵੇਂ ਹੋ ਰਹੇ ਹਾਂ ਕਦੇ ਕਿਸੇ ਡੇਰੇ ਦੇ ਦਰ 'ਤੇ ਆਸਰਾ ਲੈਂਦੇ ਹਾਂ ਕਿਸੇ ਜਥੇਦਾਰ ਦੇ ਦਰ 'ਤੇ ਆਸਰਾ ਲੈਂਦੇ ਹਾਂ ਕਦੇ ਕਿਸੇ ਗ੍ਰੰਥ ਦਾ ਸਹਾਰਾ ਲੈਂਦੇ ਹਾਂ ਪਰ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਗੋਦੀ ਦਾ ਅਹਿਸਾਸ ਨਹੀਂ ਹੋ ਰਿਹਾ ਟੁੱਟ ਰਹੇ ਹੈ ਇਹ ਦੁੱਖਾਂ ਦਾ ਕਾਰਨ ਇਹ ਹੈ ਗੁਰੂ ਬਖਸ਼ਿਸ਼ ਕਰੇ ਸਾਨੂੰ ਆਪਣੀ ਗੋਦੀ ਵਿੱਚ ਲੈ ਲਏ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ